ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਬੈਠ ਕੇ ਫੈਸਲਾ ਕਰ ਲੈਣਾ ਪਿੰਡ ਤਾਂ ਸਾਨੂੰ ਦੱਸਿਆ ਨੀ, ਕਾਲਾ ਬੱਕਰਾ ਕਹਿੰਦੀਆਂ ਸੀਗੀਆਂ। ਅੱਛਾ ਜੀ। ਤਾਂ ਉੱਥੇ ਕਾਲਾ ਬੱਕਰਾ ਕੇ ਹੈ ਨੀ। ਆਹ ਜਿਹੜੀ ਇੱਕ ਮੋਟੀ ਜਿਹੀ ਕੁੜੀ ਆ, ਕਹਿੰਦੀ ਮੇਰੀ ਭਤੀਜੀ, ਭੈਣ ਲੱਗਦੀ ਖਰੇ ਭਤੀਜੀ, ਮਾਮੇ ਦੀ ਭੂਆ ਦੀ ਖਰੇ ਕੁੜੀ ਖਰੇ ਆ, ਮਾਮੇ ਦੀ ਖਰੇ ਕੁੜੀ ਆ। ਤੁਸੀਂ ਵਿਆਹ ਕੇ ਲੈ ਆਂਦਾ ਇਹਨਾਂ ਨੂੰ? ਹਾਂ। ਕਿੱਥੇ? ਅਨੰਦ ਕਾਰਜ। ਅਨੰਦ ਕਾਰਜ ਕਮਾਚੋਂ ਕੀਤੇ ਆ। ਕਮਾਚੋਂ ਗੁਰੂ ਘਰ ਚ? ਹਾਂ, ਆਪਣੇ ਫੋਨ ਕਰੀ ਗਈਆਂ ਜਾਦੀਆਂ ਆਈਆਂ, ਆ ਬਾਹਰ ਖੜ ਕੇ ਕਰਦੀ ਸੀ, ਦੇਖ ਕੇ ਗਈ ਕੁੜੀ ਨੇ। ਗੱਲ ਸੁਣ, ਚੱਪਰ ਜਿੱਦਣ ਇਹ ਦੇਖ ਗਈ, ਮੈਂ ਕਿਹਾ ਘਰ ਦੇਖਿਆ ਕੁੜੀ ਜਿਹੜੀ ਉਹ ਆਈ ਵਿਆਹੀ ਵਾਈ, ਉਹਨੇ ਵੀ ਮੈਂ ਕਿਹਾ ਮੇਰਾ ਘਰ ਦੇਖਿਆ ਜਿੱਦਾਂ ਦਾ ਹੈਗਾ ਆ, ਵੀ ਦੇਖ ਲਓ ਜੇ ਤੁਹਾਡੇ ਫਿੱਟ ਆਉਂਦੀ ਗੱਲ ਕਰ ਲਓ, ਨਹੀਂ ਤਾਂ ਨਾ ਸਹੀ ਨਾ ਸਹੀ। ਲਾ 1.5 ਲੱਖ ਰੁਪਈਆ ਮੇਰਾ ਲੱਗਾ ਆ ਕੰਗਣ, ਜੋ ਸਾਰੀ ਚੀਜ਼ ਮੈਂ ਰਾਤੀ ਕੋਈ ਚੂੜਿਆ, ਤੁਸੀਂ ਕਹਿੰਦੇ ਚੂੜਾ ਚੂੜਾ ਭੰਨਿਆ, ਨਾਲੇ ਫਰਾਹ ਲੈਂਦੀ ਆ, ਨਾਲ ਨੱਠ ਨੱਠ ਕੇ ਕੱਪੜੇ ਸਾਹਮਣੇ ਖੋਲਣ ਲੱਗ ਪਈ। ਸੋਨੇ ਦੀਆਂ ਪਾਈਆਂ ਮੈਨੂੰ ਬਾਲੀਆਂ ਨੀ, ਕਹਿੰਦੀ ਹੁਣੇ ਕਹਿੰਦੀ ਲਾ ਕੇ ਪਾਓ, ਕਹਿੰਦੀ ਨਹੀਂ ਨਹੀਂ ਪਹਿਲਾਂ ਨੀ ਹੋਈ ਕੋਈ ਗੱਲ। ਮੈਂ ਏਦਾਂ ਕਿਹਾ, ਮੈਂ ਕਿਹਾ ਪੁੱਤ, ਮੈਂ ਤਾਂ ਫੜ ਕੇ ਗਿਆ, ਮੈਂ ਕਿਹਾ ਤੂੰ ਮੇਰੀ ਧੀ ਆ ਤੇ ਸਾਰਾ ਖਰਚਾ ਸੀ ਆਪ ਕੀਤਾ, ਮੈਂ ਪੈਸਾ ਪੈਸਾ ਲਾਇਆ, ਮੈਂ ਕਿਸੇ ਤੋਂ ਮੰਗ ਮੰਗ ਕੇ ਲਿਆ ਕੇ ਲਾਇਆ। ਸਾਨੂੰ ਇਨਸਾਫ ਚਾਹੀਦਾ, ਇਹ ਹੈਗੇ ਆ ਲੋਟੂ, ਇਹ ਗਾਹਾਂ ਤੋਂ ਗਾਹਾਂ ਇਹੀ ਕੰਮ ਕਰਦੇ। ਕਹਿੰਦੀ ਮੈਂ ਬਹੁਤ ਦੇਖਿਓ ਇੱਦਾਂ, ਕਹਿੰਦੀ ਮੈਂ ਇੱਦਾਂ ਕਹਿੰਦੀ ਕਹਿੰਦੀ ਜਿਹੜੀ ਵਿਚੋਲਾ ਜਿਹੜੀ ਜਿਹੜੀ ਕੁੜੀ ਆ, ਖਰੇ ਮਾਂ ਆ ਮੇਲੀ, ਮੇਲੀ ਪਤਾ ਨੀ ਕੀ ਆ, ਮੇਲੀ ਆ ਕੋਈ ਕੁੜੀ ਹੋਰ ਲਿਆਂਦੀ ਰੱਖੀ ਆ, 12,000 ਰੁਪਈਆ ਮੇਰੇ ਤੋਂ ਲੈ ਲਿਆ, ਨਗਦ ਲੈ ਲਿਆ ਮੇਰੇ ਤੋਂ। ਮੇਰੇ ਮੁੰਡਾ ਵਿਆਹ ਹੁੰਦਾ ਹੋਊ, ਮੇਰੇ ਰੋਟੀ ਪੱਕਦੀ ਹੋ, ਮੇਰੇ ਘਰ ਵਾਲੀ ਢਿੱਲੀ ਰਹਿੰਦੀ ਆ, ਮੈਂ ਵੀ ਢਿੱਲਾ ਰਹਿੰਦਾ, ਮੈਂ ਤਿੱਕੜ ਕੰਮ ਹੁੰਦਾ, ਮੇਰੇ ਹੱਥ ਵਾਢੋ, ਮੇਰਾ ਇੱਦਾਂ ਮੈਂ ਇੱਦਾਂ ਕਰਕੇ ਖੋ ਪੱਠੇ ਲਿਆਉਂਦਾ। ਮੇਰਾ ਮੁੰਡਾ ਮਰ ਜਾ, ਮੈਂ ਕੀ ਪੈਸੇ ਤੇ ਲੋਹ ਦੇ, ਮੇਰੇ ਫੁਕੜੀ ਮੈਂ ਕਰਨੀ ਆ, ਬਹੁਤ ਖਰਾਬ ਕੰਮ ਆ, ਇਹਨੀ ਧੰਦਾ ਛੇੜਿਆ, ਸਾਨੂੰ ਤਾਂ ਇਹ ਲੁੱਟਣੀ ਆ। ਨਿੰਦਰ ਨੂੰ ਮਿਲਿਆ ਚਾਚੇ ਅਰਜੈਂਟ ਵੀ ਪਹੁੰਚਾ, ਕੋਲੇ ਸੀ ਨਾਲੇ, ਪੁੱਛ ਲੈ ਕਿੱਦਾਂ ਹੁੰਦੀ ਸੀ, ਉਹਨੇ ਮੈਨੂੰ ਕਾਰਵਾਈ ਕਰਨੀ ਆ, ਇਹਨੇ ਸਾਡਾ ਸਾਡਾ ਘਰ ਪੱਟ ਲਿਆ ਜੀ, ਸਾਨੂੰ ਲੁੱਟ ਲਿਆ, ਅਸੀਂ ਚਾਹੁੰਦੇ ਹਾਂ ਗਾਹਾਂ ਵੀ ਕੋਈ ਗਰੀਬ ਨਾ ਪੱਟ ਹੋ ਜਾਵੇ। ਮੇਰਾ ਨਾਮ ਭੁਪਿੰਦਰ ਕੁਮਾਰ ਆ, ਲੜੋਆ ਜਿਹੜਾ ਜੀ। ਕੀ ਹੋਇਆ ਜਿਹੜਾ ਤੁਸੀਂ ਕੱਲ ਜੇ ਤੁਹਾਡਾ ਵਿਆਹ ਕਦੋਂ ਹੋਇਆ? ਵਿਆਹ ਸਾਡਾ ਜੀ 21 ਤਰੀਕ ਨੂੰ ਹੋਇਆ ਸਰ। ਤੇ 21 ਤਰੀਕ ਰਾਤ ਨੂੰ ਜੀ ਤੁਹਾਡੀ ਮਿਸਿਜ਼ ਨਾਲ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਜਿਹਦੇ ਨਾਲ ਤੁਸੀਂ ਹੁਣੀ ਤੁਹਾਡਾ ਦੂਜੇ ਦਿਨ ਹੀ ਤਲਾਕ ਹੋ ਜਾਂਦਾ ਹੈ,
ਖਾਂਗੀ ਪੰਚਾਇਤ ਵਿੱਚ ਤੇ ਇਹਦਾ ਕੀ ਕਾਰਨ ਹੈ ਮਤਲਬ ਕੀ ਗੱਲ ਕੀ ਹੋਈ ਕਾਰਨ ਸਰ ਕੁਛ ਵੀ ਨਹੀਂਗਾ ਬਈ ਉਹਨਾਂ ਨੇ ਕਿਹਾ ਵਾ ਸੀਗਾ ਪਹਿਲਾਂ ਗੱਲ ਹੋਰ ਹੋਈ ਸੀਗੀ ਬਈ ਆਪਾਂ ਮੈਂ ਤੁਹਾਡੇ ਘਰ ਦੇ ਵਿੱਚ ਜਿੱਦਾਂ ਦੇ ਵੀ ਹਾਲਾਤ ਉਦਾਂ ਦੇ ਟਾਈਮ ਆਪਾਂ ਮੈਂ ਕੱਟ ਲਵਾਂਗੀ ਤੇ ਬਾਅਦ ਦੇ ਵਿੱਚ ਉਹਨੇ ਸਾਨੂੰ ਇਹ ਗੱਲ ਕੀਤੀ ਵੀ ਰਾਤ ਨੂੰ ਕਰਨ ਲੱਗ ਪਈ ਆ ਵੀ ਮੈਨੂੰ ਤੁਸੀਂ ਚੈਨੀ ਲੈ ਕੇ ਦੇਵੋ ਤੇ ਇੱਕ ਗਲ ਦੀ ਤੇ ਕੰਨਾਂ ਦੀਆਂ ਲੈ ਕੇ ਦੇਵੋ ਵਾਲੀਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਮੈਂ ਇੰਨੇ ਯੋਗ ਹੈ ਨੀਗਾ ਤੇ ਉਹ ਉਹਨਾਂ ਨੇ ਇਸ ਗੱਲ ਦਾ ਰਫੜ ਪਾ ਲਿਆ ਵੀ ਬਈ ਮੈਂ ਇੱਦਾਂ ਕਰ ਲੈਣੀ ਮੈਂ ਉੱਦਾਂ ਕਰ ਲੈਣੀ ਆ ਮੈਨੂੰ ਤਾਂ ਵੀ ਤੇ ਤਵੀ ਕੱਲ੍ਹ ਨੂੰ ਸਵੇਰ ਨੂੰ ਚਾਹੀਦੀ ਆ ਮੈਂ 23 ਤਰੀਕ ਨੂੰ ਜਾਣਾ ਆ ਜੇ ਆ ਉਹ ਆ ਕਿੰਤੂ ਆ ਪਰੰਤੂ ਇੱਦਾਂ ਲੱਗ ਪਏ ਕੰਨ ਫਿਰ ਕੁੜੀ ਨੇ ਚੂੜਾ ਲਾ ਕੇ ਥੱਲੇ ਮਾਰਿਆ ਤੇ ਇੱਥੇ ਕੱਪੜੇ ਲਾਉਣ ਲੱਗ ਪਏ ਸਾਹਮਣੇ ਤੇ ਇਹੀ ਗੱਲ ਹੋਈ ਆ ਫਿਰ ਰਾਹਾ ਲੈਣ ਦਾ ਵੀ ਕੋਸ਼ਿਸ਼ ਕਰਨ ਲੱਗੀ ਅਸੀਂ ਕਹਿੰਦੀ ਮੈਂ ਬਲੇਟ ਮਾਰ ਲੈਣੇ ਆ ਮੈਂ ਪਹਿਲਾਂ ਵੀ ਜਿੱਥੇ ਕਰਕੇ ਆਈ ਹਾਂ ਉਹਨਾਂ ਨੂੰ ਵੀ ਅਕਲ ਦਿੱਤਾ ਇਹ ਕਿਆ ਚੀਜ਼ ਹੋ ਜਾਂਦੀ ਕਰ ਲੈਂਦੇ 12,000 ਰੁਪਇਆ ਦਿੱਤਾ ਸੀਗਾ ਵੀ ਰਿਸ਼ਤਾ ਕਰਵਾਉਣ ਦਾ ਤਾਂ ਵੀ ਰਿਸ਼ਤਾ ਆਪਣਾ ਹੋ ਜੂਗਾ ਹੈ ਨਾ ਵੀ ਚੱਲ ਕੋਈ ਨਹੀਂ ਵੀ ਕੁੜੀਆਂ ਦੇ ਦੂਜਾ ਹੋਊਗਾ ਨਾ ਘਰ ਦੇ ਹਰੇ ਕੋਈ ਇਹੀ ਸੋਚਦਾ ਹੈ ਨਾ ਵੀ ਤੇ ਤਾਂ ਉਹਨਾਂ ਨੂੰ ਦਿੱਤੇ ਸੀਗੇ ਪੈਸੇ ਅਸੀਂ